दोस्तों, मैं थोड़ा वीर संदीप सिंह। अज इस वीडियो च गल करांगे लैमन वाटर क्यों पीना चाहिए। नींबू वैसे तो अपने आप बहुत बढ़िया चीज़ है, हरेक नूं अपने डाइट च इहनूं रैगूलर यूज़ करना चाहिए। नींबू पानी कह लो जां नींबू वैसे दाल सब्जी च पा के। लैमन दे सानूं फायदे की ने, इह अज देखदे आं इस वीडियो च। ਇਹ ਲੈਮਨ ਦੇ ਲੈਮਨ ਜਿਹੜਾ ਇਹ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ 'ਚ, ਵਧੀਆ ਮਾਤਰਾ 'ਚ ਪਾਇਆ ਜਾਂਦਾ, ਕਿਉਂਕਿ ਇਹ ਸਸਤੀ ਚੀਜ਼ ਹੈ। ਵਿਟਾਮਿਨ ਸੀ ਦਾ ਬਹੁਤ ਜਿਵੇਂ ਸਸਤਾ ਹੈ ਕਹਿ ਲਓ, ਇੱਕ ਇੱਕ ਚੀਜ਼ ਸਾਧਨ ਹੈ। ਵਿਟਾਮਿਨ ਸੀ ਜਿਹੜਾ ਇਹ ਕਈ ਚੀਜ਼ਾਂ 'ਚ ਇਹ ਆਪਣੇ ਲਈ ਵਧੀਆ ਨੇ, ਸਰੀਰ ਲਈ, ਵਿਟਾਮਿਨ ਸੀ ਲਈ, ਜਿਵੇਂ ਬਲੀਡਿੰਗ ਗਮਸ, ਇਹ ਜਿਵੇਂ ਬੁਰਸ਼ ਵਗੈਰਾ ਕੋਈ ਕਰਦੇ ਨੇ ਨਾ, ਖੂਨ ਜਿਹਾ ਦੰਦਾਂ 'ਚੋਂ ਆਉਣਾ ਜਾਂ ਕਹਿ ਲਓ ਇੱਦਾਂ ਦਾ ਮਹਿਸੂਸ ਹੋਣਾ, ਖੂਨ ਵੈਸੇ ਹੀ ਕਈ ਵੇਲੇ ਗੱਲ ਕਰਦੇ ਕਰਦੇ ਖੂਨ ਜਾਂ ਕਿਸੇ ਬਲੀਡਿੰਗ ਜਿਹੀ ਹੋਣ ਲੱਗ ਪੈਂਦੀ ਆ, ਉਹ ਸਾਰਾ ਕੁਛ ਵਿਟਾਮਿਨ ਸੀ ਦੀ ਕਮੀ ਨਾਲ ਹੁੰਦਾ। ਫਾਟਿਜ ਇਹ ਚੀਜ਼ ਹੈ, ਫਾਟਿਜ ਮਿੱਤਰੋ ਜਿਵੇਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਜਿਵੇਂ ਇੱਕਦਮ ਬੈਠੇ ਬੈਠੇ ਨੂੰ ਜਾਂ ਖੜ੍ਹੇ ਨੂੰ ਇੱਕਦਮ ਚੱਕਰ ਜਿਹਾ ਆ ਗਏ, ਹਨੇਰਾ ਜਿਹਾ ਆ ਗਿਆ ਅੱਖਾਂ ਮੋਰੇ, ਇੱਕਦਮ ਡੇ ਬਿਲਕੁਲ ਕੁਛ ਦਿਸੇ ਨਾ, ਉਹ ਚੀਜ਼ ਹੈ ਜਿਵੇਂ ਕਨੈਕਸ਼ਨ ਜਿਹਾ ਕੱਟ ਹੋ ਜਾਂਦਾ ਦਿਮਾਗ ਦਾ, ਉਹ ਚੀਜ਼ ਫਾਟਿਜ। ਸਪਾਈਡਰ ਵੈਨਸ, ਇਹ ਸਪਾਈਡਰ ਵੈਨਸ ਕਈਆਂ ਦੇਖਿਆ ਹੋਣਾ ਤੁਸੀਂ, ਵੈਸੇ ਤਾਂ ਲੇਡੀਜ਼ ਦੇ ਬਹੁਤ ਪ੍ਰੋਬਲਮ ਹੈ ਇਹ, ਜਿਵੇਂ ਲੱਤਾਂ 'ਚ ਬਹੁਤ ਦਰਦ ਰਹਿਣਾ, ਜਿਵੇਂ ਨੀਲੀਆਂ ਨੀਲੀਆਂ ਨਾੜਾਂ ਜਿਹੀਆਂ ਲੱਤਾਂ ਜਿਹੀਆਂ ਦਿਖਣ ਲੱਗ ਪੈਂਦੀਆਂ, ਜਿਵੇਂ ਉਹਨਾਂ 'ਚ ਸੋਜਿਸ਼ ਆਈ ਹੁੰਦੀ, ਇੱਦਾਂ ਲੱਗਦਾ ਬੈਠਣ ਲੱਗੇ ਜਾਂ ਉੱਠਣ ਲੱਗੇ, ਵੈਸੇ ਹੀ ਦਰਦਾਂ ਕਰਦੀਆਂ ਰਹਿੰਦੀਆਂ ਬਹੁਤ ਜ਼ਿਆਦਾ, ਜਾਂ ਕੋਈ ਕੰਮ ਕਰਨਾ, ਤੁਰਨ ਫਿਰਨ ਵਾਲਾ, ਵਾਕਿੰਗ ਵਗੈਰਾ ਕਰਨੀ, ਉਸ ਦੌਰਾਨ ਇਹ ਬਹੁਤ ਲੱਤਾਂ ਦੁਖਦੀਆਂ ਨੇ। ਇਹ ਸਪਾਈਡਰ ਵੈਨਸ ਜਿਵੇਂ ਗੁੱਛੇ ਜਿਹੇ ਵੱਜ ਜਾਂਦੇ ਲੱਤਾਂ 'ਚ ਆਪਣੇ, ਕਈ ਵੇਲੇ ਗੁੱਛੇ ਜਿਹੇ ਮਹਿਸੂਸ ਹੁੰਦੇ ਆ, ਇਹ ਸਪਾਈਡਰ ਵੈਨਸ। ਲੋਸ ਆਫ ਕੋਲੈਜਨ, ਇਹ ਇੱਕ ਪ੍ਰੋਟੀਨ ਹੈ ਜਿਹੜਾ ਆਪਣੀ ਸਕਿਨ ਨੂੰ ਟਾਈਟ ਰੱਖਦਾ, ਜੇ ਵਿਟਾਮਿਨ ਸੀ ਦੀ ਕਮੀ ਹੋਵੇ ਸਕਿਨ ਲੂਜ ਜੀ ਹੋ ਜਾਏਗੀ, ਅਤੇ ਉਹ ਚੀਜ਼ਾਂ ਸਾਰੀਆਂ ਦਿੱਕਤਾਂ ਇਹ ਪ੍ਰੋਬਲਮ ਆਉਂਦੀ ਹੈ ਵਿਟਾਮਿਨ ਸੀ ਦੀ ਕਮੀ ਨਾਲ। ਨੋਜ਼ ਬਲੀਡ, ਇਹ ਨੋਜ਼ ਬਲੀਡਿੰਗ ਜਿਹੜੀ ਜਿਵੇਂ ਬੱਚਿਆਂ 'ਚ ਕਾਫੀ ਜ਼ਿਆਦਾ, ਕਿਉਂਕਿ ਇਹ ਇੰਨੇ ਰਿਲੇਟਡ ਹੈ ਜਿਵੇਂ ਮਾਈਕਰੋ ਹੈਮੋਰੇਜ, ਇਹ ਬਲੀਡਿੰਗ ਹੀ ਜਿਵੇਂ ਆਰਟਰੀਜ ਵਿੱਚੋਂ ਜਾਂ ਕਹਿ ਲਓ ਬਲੀਡਿੰਗ ਹੋਣੀ ਹੈ, ਜਿਵੇਂ ਤੁਰੇ ਫਿਰਦੇ ਖੇਡਦੇ ਅਤੇ ਉਹ ਬੱਚੇ ਦੀ ਨਕਸੀਰ ਫੁੱਟ ਜਾਂਦੀ ਹੈ, ਉਹ ਚੀਜ਼ਾਂ ਵੀ ਇਹ ਵਿਟਾਮਿਨ ਸੀ ਦੀ ਕਮੀ ਨਾਲ ਆ ਸਕਦੀਆਂ ਨੇ। ਬਾਕੀ ਵਿਟਾਮਿਨ ਸੀ ਜਿਹੜਾ ਇਹ ਲੈਮਨ ਵਾਟਰ ਬਹੁਤ ਵਧੀਆ ਚੀਜ਼ ਹੈ, ਜਿਵੇਂ ਓਕਸੀਲੇਟ ਕੈਲਸ਼ੀਅਮ, ਇਹ ਜਿਵੇਂ ਕਈ ਚੀਜ਼ਾਂ 'ਚ ਹੁੰਦਾ, ਜਿਵੇਂ ਆਪਣੇ ਪਾਲਕ ਵਗੈਰਾ ਹੋ ਗਈ ਜਾਂ ਦਾਲਾਂ ਹੋ ਗਈਆਂ, ਇਹ ਚੀਜ਼ਾਂ 'ਚ ਓਕਸੀਲੇਟ ਹੁੰਦੇ ਨੇ, ਇਹ ਸਟੋਨ ਬਣਾਉਂਦੇ ਨੇ ਸਰੀਰ 'ਚ। ਇਹ ਲੈਮਨ ਵਾਟਰ ਸੀਟਰਸ ਹੁੰਦਾ, ਇਹਦੇ ਵਿੱਚ ਸਟੋਨ ਇਹਨਾਂ ਨੂੰ ਘੋਲਣ ਦੀ ਸ਼ਮਤਾ, ਇਹਦੇ ਵਿੱਚ ਘੋਲ ਸਕਦਾ ਉਹਨੂੰ ਸਟੋਨ ਵਗੈਰਾ ਠੀਕ ਕਰ ਸਕਦਾ। ਇਹ ਰੈਗੂਲਰ ਯੂਜ਼ ਕਰੋ, ਔਰ ਇਹ ਆਉਣੇ ਵਾਲੇ ਟਾਈਮ 'ਚ ਕਿਸੇ ਸਰੀਰ 'ਚ ਸਟੋਨ ਜਿਵੇਂ ਬਣਦੇ ਵੀ ਆ, ਰੈਗੂਲਰ ਯੂਜ਼ ਕਰਨਾ ਸਟੋਨ ਵੀ ਨਹੀਂ ਬਣਦੇ ਜਲਦੀ ਜਲਦੀ। ਇਹ ਬਹੁਤ ਫਾਇਦੇਮੰਦ ਚੀਜ਼ ਹੈ, ਔਰ ਇਸ ਨੂੰ ਆਪਣੀ ਡਾਇਟ 'ਚ ਸ਼ਾਮਿਲ ਕਰਨਾ ਚਾਹੀਦਾ ਹੈ, ਜਿਵੇਂ ਦਾਲ ਸਬਜ਼ੀ 'ਚ ਪਾਲੋ ਜਾਂ ਵੈਸੇ ਯੂਜ਼ ਕਰੋ। ਔਰ ਬੱਚਿਆਂ 'ਚ ਜਿਹੜਾ ਲੈਮਨ ਹੈ, ਇਹ ਵਿਟਾਮਿਨ ਸੀ ਵੀ ਹੁੰਦਾ ਇਹਦੇ ਵਿੱਚ ਬਹੁਤ, ਬੱਚਿਆਂ ਨੂੰ ਹੈਜੇ ਦੀ ਪ੍ਰੋਬਲਮ ਬਹੁਤ ਹੱਦ ਤੱਕ ਘੱਟ ਕਰ ਦਿੰਦਾ, ਘੱਟੋ ਘੱਟ 80-90% ਤੱਕ, ਜੇ ਡੇਲੀ ਬੱਚਾ ਲੈਮਨ ਵਗੈਰਾ ਯੂਜ਼ ਕਰਦਾ ਨਾ, ਹੈਜੇ ਦੀ ਪ੍ਰੋਬਲਮ ਨਹੀਂ ਹੋਏਗੀ ਛੇਤੀ ਬੱਚੇ ਨੂੰ। ਬਹੁਤ ਫਾਇਦੇਮੰਦ ਚੀਜ਼ ਹੈ, ਆਪਣੀ ਡਾਇਟ 'ਚ ਸ਼ਾਮਿਲ ਕਰੋ। ਅਤੇ ਠੀਕ ਹੈ ਦੋਸਤੋ, ਅੱਗੇ ਤੋਂ ਹੋਰ ਵਧੀਆ ਵੀਡੀਓ ਕੋਈ ਲੈ ਕੇ ਆਵਾਂਗੇ। ਥੈਂਕ ਯੂ, ਧੰਨਵਾਦ।